ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਤੁਹਾਡਾ ਆਪਣੇ ਯੂਟਿਊਬ ਚੈਨਲ 'ਤੇ। SSB ਡਿਪਾਰਟਮੈਂਟ ਦੇ ਜੇਲ੍ਹ ਵਾਰਡਨ 'ਤੇ ਮੈਟਰਾਂ ਦੀ ਵੈਕੈਂਸੀ ਆਈ ਸੀ ਜੀ, ਅੱਜ ਉਹਦਾ ਪੇਪਰ ਹੋਇਆ ਜੀ। ਉਹਦੇ ਵਿੱਚ ਆਪਾਂ ਐਡੀਸ਼ਨਲ ਪੰਜਾਬੀ ਪੇਪਰ ਦਾ ਐਨਾਲਿਸਿਸ ਕਰਾਂਗੇ ਜੀ। ਅਤੇ ਤੁਹਾਨੂੰ ਪਤਾ ਕਿ ਇਹਦੇ 50 ਸਵਾਲ ਆਉਣੇ ਸੀ ਜੀ, ਅਤੇ ਜਿਨ੍ਹਾਂ ਦੇ ਵੀ 50 ਸਵਾਲ ਦੇ ਵਿੱਚੋਂ 25 ਸਵਾਲ ਸਹੀ ਸੀ ਜਾਂ 25 ਤੋਂ ਵੱਧ ਹੋਣਗੇ, ਉਹੀ ਉਹਦਾ ਪੇਪਰ ਹੀ ਅਗਲਾ ਚੈੱਕ ਹੋਏਗਾ। ਮਤਲਬ ਕਿ ਨੈਕਸਟ ਪੇਪਰ ਜਿਹੜਾ ਮੇਨ ਜਿਹਦੇ ਵਿੱਚ ਮੈਰਿਟ ਪਾਉਂਦੀ ਆ ਉਹ ਚੈੱਕ ਹੋਏਗਾ। ਜਿਹੜਾ ਐਡੀਸ਼ਨ ਪੰਜਾਬੀ ਪੇਪਰ ਦੇ ਵਿੱਚ ਫੇਲ ਹੋ ਜਾਏਗਾ, 25 ਨੰਬਰ ਨਹੀਂ ਆਉਣਗੇ ਜਿਹਦੇ, ਉਹ ਡਿਸਕੁਆਲੀਫਾਈ ਹੋ ਜਾਏਗਾ ਜੀ। ਠੀਕ ਆ ਜੀ, ਕਿਉਂਕਿ ਤੁਹਾਨੂੰ ਪਤਾ ਕਿ 50% ਦੀ ਇੱਕ ਲਿਮਿਟ ਰੱਖੀ ਗਈ ਕਿ 50% ਨੰਬਰ ਲੈਣੇ ਲਾਜ਼ਮੀ ਆ ਜੀ। ਅਤੇ ਆਪਾਂ ਐਨਾਲਿਸਿਸ ਕਰਾਂਗੇ ਜੀ, ਅਤੇ ਮੈਂ ਬਾਕੀ ਆਪਸ਼ਨ ਸਾਈਡ 'ਤੇ ਵੀ ਲਿਖੇ ਹੋਏ ਨੇ, ਉੱਦਾਂ ਵੀ ਇੱਥੇ ਲਿਖ ਦਿੱਤੀਆਂ ਨੇ। ਅਤੇ ਬਾਕੀ ਹੈ ਕਿ ਮੈਨੂੰ ਇਹਦਾ ਕੋਡ ਤਾਂ ਨਹੀਂ ਪਤਾ, ਬਾਕੀ ਤੁਸੀਂ ਪ੍ਰਸ਼ਨ ਸਕਰੀਨ 'ਤੇ ਜਿਹੜਾ ਸਾਡੇ ਸਾਹਮਣੇ ਦਿਖਣਗੇ ਮੈਂ ਬੋਲ ਦਾਂਗਾ, ਤੁਸੀਂ ਉਹਦੇ ਅਕੋਰਡਿੰਗ ਆਪਣਾ ਆਨਸਰ ਦੇ ਸਕਦੇ ਹੋ ਜੀ। ਅਤੇ ਬਾਕੀ ਮੈਂ ਇਹਦੀ PDF ਟੈਲੀਗ੍ਰਾਮ ਗਰੁੱਪ 'ਤੇ ਪਾ ਦਾਂਗਾ, ਅਤੇ ਉੱਥੋਂ ਵੀ ਚੈੱਕ ਕਰ ਸਕਦੇ ਹੋ ਜੀ, ਅਤੇ ਬਾਕੀ ਤੁਹਾਡੀ ਹੋਰ ਆਸਾਨ ਹੋ ਜਾਊਗਾ। ਬਾਕੀ ਆਪਾਂ ਦੂਜੀ ਵੀਡੀਓ ਵੀ ਤੁਹਾਨੂੰ ਜਲਦੀ ਪ੍ਰੋਵਾਈਡ ਕਰਾਂਗੇ, ਬਾਕੀ ਸਬਜੈਕਟਾਂ ਰਿਲੇਟਡ ਜਿਹੜੇ ਮੇਨ ਜਿਸ 'ਚ ਮੈਰਿਟ ਬਣਨੀ ਆ ਜੀ। ਹੁਣ ਆਪਾਂ ਐਡੀਸ਼ਨ ਪੰਜਾਬੀ ਪੇਪਰ ਦਾ ਦੇਖਦੇ ਹਾਂ ਜੀ ਐਨਾਲਿਸਿਸ। ਅਤੇ ਬਾਕੀ ਜੇ ਕੋਈ ਗਲਤੀ ਹੋ ਰਹੀ ਉਹਦੇ ਲਈ ਮੈਂ ਮਾਫੀ ਚਾਹੁੰਦਾ ਜੀ। ਅਤੇ ਬਾਕੀ ਮਤਲਬ ਕਿ 99% ਮਤਲਬ ਕਿ ਆਪਣੀ ਆਨਸਰ ਕੀ ਸਹੀ ਆ ਜੀ, ਬਾਕੀ ਹੋ ਸਕਦਾ 1-2 ਸਵਾਲ ਦਾ ਫਰਕ ਪੈ ਜਾਵੇ। ਠੀਕ ਆ ਜੀ, ਅਤੇ ਆਪਾਂ ਸਟਾਰਟ ਕਰਦੇ ਹਾਂ ਜੀ। ਪ੍ਰਸ਼ਨ ਆ ਜੀ ਪਹਿਲਾ, ਗੁਰੂ ਅਰਜਨ ਦੇਵ ਜੀ ਨੇ ਸ਼੍ਰੀ ਹਰਿਮੰਦਰ ਸਾਹਿਬ ਦੀ ਨੀਂਹ ਕਿਸ ਤੋਂ ਰਖਵਾਈ ਜੀ? ਆਪਸ਼ਨ ਨੰਬਰ ਸੀ ਸਾਈਂ ਮੀਆਂ ਮੀਰ। ਸਿੱਖਾਂ ਦੇ ਰਾਜ ਦੀ ਵਿੱਥਿਆ ਪੁਸਤਕ ਦਾ ਲੇਖਕ ਕੌਣ ਆ ਜੀ? ਸ਼ਰਧਾ ਰਾਮ ਫਲੋਰੀ। ਆਪਸ਼ਨ ਨੰਬਰ ਸੀ। ਪ੍ਰਸ਼ਨ ਨੰਬਰ ਤੀਜਾ ਜੀ, ਗੁਰੂ ਅਮਰਦਾਸ ਜੀ ਨੇ ਦੋਤਾ ਬਾਣੀ ਕਾ ਬੋਹਿਤਾ ਵਾਰ ਦਾ ਵਾਰਕ ਕਿਸ ਨੂੰ ਦਿੱਤਾ ਜੀ? ਆਪਸ਼ਨ ਨੰਬਰ ਬੀ ਗੁਰੂ ਅਰਜਨ ਦੇਵ ਜੀ। ਅੱਗੇ ਆ ਜੀ ਪ੍ਰਸ਼ਨ ਨੰਬਰ ਚਾਰ, ਤੀਆਂ ਤਿਉਹਾਰ ਕਿਹੜੇ ਦੇਸੀ ਮਹੀਨੇ ਵਿੱਚ ਆਉਂਦਾ ਜੀ? ਆਪਸ਼ਨ ਨੰਬਰ ਏ ਆ ਜੀ ਸਾਉਣ। ਅੱਗੇ ਆ ਜੀ ਲੋਹੜੀ ਦਾ ਤਿਉਹਾਰ ਕਿਹੜੇ ਦੇਸੀ ਮਹੀਨੇ ਵਿੱਚ ਆਉਂਦਾ ਜੀ? ਆਪਸ਼ਨ ਨੰਬਰ ਏ ਪੋਹ ਦੇ ਵਿੱਚ। ਪ੍ਰਸ਼ਨ ਨੰਬਰ 6 ਆ ਜੀ, ਹੇਠ ਲਿਖਿਆ ਵਿੱਚੋਂ ਕਿਹੜੇ ਗੁਰੂ ਸਾਹਿਬਾਨ ਨੇ ਤਰਨ ਤਾਰਨ ਸ਼ਹਿਰ ਵਸਾਇਆ ਜੀ? ਆਪਸ਼ਨ ਨੰਬਰ ਡੀ ਗੁਰੂ ਅਰਜਨ ਦੇਵ ਜੀ। ਅੱਗੇ ਆ ਜੀ 37 ਮਤਲਬ ਕਿ ਲਿਖਿਆ ਸੀ ਉਹਦਾ ਸ਼ੁੱਧ ਰੂਪ ਪੁੱਛਿਆ ਗਿਆ ਸੀ? ਆਪਸ਼ਨ ਨੰਬਰ ਡੀ 37। ਹੇਠ ਲਿਖਿਆ ਵਿੱਚੋਂ ਕਿਹੜਾ ਪੰਜਾਬ ਦਾ ਲੋਕ ਨਾਚ ਨਹੀਂ ਆ ਜੀ? ਆਪਸ਼ਨ ਨੰਬਰ ਸੀ ਬਿਹੂ। ਬਿਹੂ ਅਸਾਮ ਦਾ ਜੀ, ਤੁਹਾਨੂੰ ਇਹਦੇ ਬਾਰੇ ਪਤਾ ਹੋਣਾ ਚਾਹੀਦਾ ਲੋਕ ਨਾਚਾਂ ਬਾਰੇ। ਬਾਬਾ ਰਾਮ ਸਿੰਘ ਕੂਕਾ ਦਾ ਜਨਮ ਕਿੱਥੇ ਹੋਇਆ ਜੀ? ਆਪਸ਼ਨ ਨੰਬਰ ਬੀ ਭੈਣੀ ਅਰਾਈਆਂ। ਅਤੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਜਿਹੜਾ ਵੀ ਪੰਜਾਬੀ ਦਾ ਪੇਪਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਗੈਰਾ ਲੈ ਰਹੀ ਆ, ਇਹ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੂੰ ਉਹਨਾਂ ਫੋਲੋ ਕਰਨਾ ਜੀ। ਸਾਰਿਆਂ ਨੂੰ ਪਤਾ ਕਿ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀਆਂ ਜਿਹੜੀ ਬੁੱਕਸ ਹੈਗੀਆਂ ਨੇ ਸਮਾਜ ਸਿੱਖਿਆ SST ਦੀਆਂ, ਉਹਦੇ ਵਿੱਚ ਪੇਪਰ ਆਇਆ ਵਾ ਅਤੇ ਪੰਜਾਬੀ ਗ੍ਰੈਮਰ ਦੇ ਵਿੱਚੋਂ ਪੇਪਰ ਆਇਆ ਵਾ। ਠੀਕ ਆ ਜੀ, ਅਤੇ ਅੱਗੇ ਆ ਜੀ ਪ੍ਰਸ਼ਨ ਨੰਬਰ 10 ਆ ਜੀ, ਬਾਕੀ ਗੁਰਬਾਣੀ ਦੀ ਤੁੱਕ ਜਾਂ ਕੁਛ ਬੋਲਣ 'ਚ ਗਲਤੀ ਹੋ ਜਾਵੇ ਸੋਰੀ। ਇੱਕ ਆ ਜੀ ਜਿਹੜੀ ਭੰਡ ਜੰਮੀ ਹੈ ਭੰਡ ਨਿੰਮੇ ਵਾਲੀ ਪੰਕਤੀ ਹੈ, ਭੰਡ ਸ਼ਬਦ ਅਰਥ ਦਾ ਪੁੱਛਿਆ ਭੰਡ ਸ਼ਬਦ ਪੁੱਛਿਆ ਉਹਦਾ ਅਰਥ ਪੁੱਛਿਆ ਗਿਆ ਸੀ ਜੀ? ਆਪਸ਼ਨ ਨੰਬਰ ਏ ਆ ਜੀ ਇਸਤਰੀ ਆਉਣਾ ਜੀ, ਇਹ ਤੋਂ ਥੋੜ੍ਹਾ ਕੁ ਉਹਨਾਂ ਨੇ ਇਸਤਰੀ ਦਾ ਵਰਡ ਗਲਤ ਲਿਖਤਾ। ਅੱਗੇ ਆ ਜੀ 11ਵੇਂ ਹੈਗਾ ਜੀ, ਜਿੰਨੀ ਨਾਮ 'ਤੇ ਆਇਆ ਅੱਗੇ ਜਿਹੜੀ ਪੰਕਤੀ ਆ ਜੀ ਉਹਦੇ ਕਾਲ ਸ਼ਬਦ ਬਾਰੇ ਪੁੱਛਿਆ ਗਿਆ ਸੀ ਜੀ? ਆਪਸ਼ਨ ਨੰਬਰ ਏ ਸਫਲੀ ਕਰਕੇ। ਆਪਸ਼ਨ ਨੰਬਰ ਬੀ। ਪ੍ਰਸ਼ਨ ਨੰਬਰ 12 ਜੀ, ਗੁਰੂ ਅੰਗਦ ਦੇਵ ਜੀ ਦਾ ਵਿਆਹ ਕਿਸ ਨਾਲ ਹੋਇਆ ਜੀ? ਆਪਸ਼ਨ ਨੰਬਰ ਡੀ ਮਾਤਾ ਖੀਵੀ ਜੀ। ਗੁਰੂ ਰਾਮਦਾਸ ਜੀ ਦੇ ਮਾਪਿਆਂ ਨੇ ਆਪ ਜੀ ਦਾ ਨਾਮ ਕੀ ਰੱਖਿਆ ਗਿਆ ਜੀ? ਕਿ ਰਾਮਦਾਸ ਜੀ ਦਾ ਪਹਿਲਾ ਨਾਮ ਪੁੱਛਿਆ ਗਿਆ ਬਚਪਨ ਦਾ, ਉਹ ਆ ਜੀ ਜੇਠਾ ਜੀ। ਆਪਸ਼ਨ ਨੰਬਰ ਏ। ਗੁਰੂ ਅਰਜਨ ਦੇਵ ਜੀ ਦੀ ਮਾਤਾ ਦਾ ਨਾਮ ਪੁੱਛਿਆ ਗਿਆ ਜੀ? 14ਵੇਂ ਦਾ ਪ੍ਰਸ਼ਨ ਆ ਜੀ। ਆਪਸ਼ਨ ਨੰਬਰ ਬੀ ਮਾਤਾ ਭਾਨੀ ਜੀ। ਆਪਸ਼ਨ ਨੰਬਰ ਬੀ। ਅੱਗੇ ਜੀ ਪ੍ਰਸ਼ਨ ਨੰਬਰ 15 ਜੀ, ਹੇਠ ਲਿਖਿਆ ਵਿੱਚੋਂ ਕਿਹੜੇ ਗੁਰੂ ਪੁੱਛਿਆ ਗਿਆ ਗੁਰੂ ਅਰਜਨ ਦੇਵ ਜੀ ਦੁਆਰਾ ਰਚਿਤ ਕਿਹੜੀ ਬਾਣੀ ਆ ਜੀ? ਆਪਸ਼ਨ ਨੰਬਰ ਸੀ ਆ ਜੀ ਸੁਖਮਨੀ ਸਾਹਿਬ। ਅਤੇ ਇੱਦਾਂ ਤੁਹਾਨੂੰ ਸਾਰੇ ਗੁਰੂ ਸਾਹਿਬਾਨਾਂ ਦੀ ਜਿਹੜੀ ਬਾਣੀ ਰਚੀ ਉਹ ਤੁਹਾਨੂੰ ਪਤਾ ਹੋਣੀ ਚਾਹੀਦੀ ਆ, ਜਿਨ੍ਹਾਂ ਦੇ ਆਨਲਾਈਨ ਨੈਕਸਟ ਐਗਜ਼ਾਮ ਹੈਗੇ ਆ ਜੀ। ਆਪਸ਼ਨ ਨੰਬਰ 16 ਜੀ, ਮੇਰਾ ਮਨ ਲੋਚੇ ਗੁਰਦਰਸ਼ਨ ਤਾਈਵੇਜ ਲੋਚੇ ਸ਼ਬਦ ਬਾਰੇ ਪੁੱਛਿਆ ਗਿਆ ਜੀ? ਆਪਸ਼ਨ ਨੰਬਰ ਡੀ ਤਾਂਗਦਾ ਹੈ। 17ਵਾਂ ਪੁੱਛਿਆ ਗਿਆ ਜੀ ਪ੍ਰਸ਼ਨ, ਗੁਰੂ ਤੇਗ ਬਹਾਦਰ ਜੀ ਦਾ ਜਨਮ ਸਥਾਨ ਗੁਰੂ ਕੇ ਮਹਿਲ ਕਿਸ ਜ਼ਿਲ੍ਹੇ ਵਿੱਚ ਆ ਜੀ? ਆਪਸ਼ਨ ਨੰਬਰ ਏ ਅੰਮ੍ਰਿਤਸਰ। ਪ੍ਰਸ਼ਨ ਨੰਬਰ 18ਵਾਂ ਜੀ, ਗੁਰੂ ਗੋਬਿੰਦ ਸਿੰਘ ਜੀ ਦੀਆਂ ਪ੍ਰਸਿੱਧ ਰਚਨਾਵਾਂ ਪੁੱਛਿਆ ਗਿਆ ਸੀ? ਚੰਡੀ ਦੀ ਵਾਰ ਅਤੇ ਜਾਪ ਸਾਹਿਬ। ਵੈਸੇ ਚੰਡੀ ਦੀ ਵਾਰ ਤੁਹਾਨੂੰ ਪਤਾ ਲੱਗ ਹੀ ਗਿਆ ਹੋਵੇਗਾ, ਆਪਸ਼ਨ ਨੰਬਰ ਬੀ। ਅੱਗੇ ਆ ਜੀ 19ਵਾਂ ਪ੍ਰਸ਼ਨ ਆ ਜੀ, ਗੁਰੂ ਨਾਨਕ ਦੇਵ ਜੀ ਨੇ ਯਾਤਰਾਵਾਂ ਤੋਂ ਬਾਅਦ ਕਰਤਾਰਪੁਰ ਰਹਿੰਦਿਆਂ ਕੀ ਕਰਕੇ ਕਿਰਤ ਦਾ ਰਾਹ ਦੱਸਿਆ ਜੀ? ਆਪਸ਼ਨ ਨੰਬਰ ਹੈ ਜੀ ਖੇਤੀਬਾੜੀ ਮੇਰੇ ਅਕੋਰਡਿੰਗ, ਬਾਕੀ ਇਹਦਾ ਆਪਸ਼ਨ ਨੰਬਰ ਡੀ ਵੀ ਹੋ ਸਕਦਾ, ਬਾਕੀ ਇਹਦੇ ਵਿੱਚ ਡਾਊਟ ਆ ਇਹਦੇ ਸਟਾਰ ਲਾ ਲਿਓ ਬਸ। ਮੇਰੇ ਅਕੋਰਡਿੰਗ ਸੀ ਇਸ ਕਰਕੇ ਮੈਂ ਦੱਸਤਾ, ਬਾਕੀ ਸੀ ਵੀ ਹੋ ਸਕਦਾ ਡੀ ਵੀ ਹੋ ਸਕਦਾ। ਬਾਕੀ ਹੈ ਜੀ 20ਵਾਂ ਹੈ, ਉਰੜ ਆਏ ਸੂਰਮੇ ਸਰਦਾਰ ਰਣਿਆਰੇ ਵਿੱਚ ਰਣਿਆਰ ਸ਼ਬਦ ਪੁੱਛਿਆ ਗਿਆ ਸੀ ਜੀ? ਅਰਥ ਉਹ ਜੀ ਆਪਸ਼ਨ ਨੰਬਰ ਡੀ ਰਨ ਵਿੱਚ ਜੂਝਣ ਵਾਲੇ। ਪ੍ਰਸ਼ਨ ਨੰਬਰ ਹੈਗਾ ਜੀ 21ਵਾਂ ਹੈਗਾ ਜੀ, ਉਹ ਜੰਡ ਸ਼ਬਦ ਦਾ ਸਮਾਨਾਰਥਕ ਪੁੱਛਿਆ ਗਿਆ ਸੀ ਜੀ? ਆਪਸ਼ਨ ਨੰਬਰ ਏ ਅੱਖੜ। ਖਰੀਦਣਾ ਸ਼ਬਦ ਦਾ ਵਿਰੋਧੀ ਸ਼ਬਦ ਪੁੱਛਿਆ ਗਿਆ? ਆਪਸ਼ਨ ਨੰਬਰ ਬੀ ਵੇਚਣਾ।
कई पत्तना का पानी पीता पूछा गया सी, मुहावरे हथ पूछा गया सी, हर परिस्थिति विचों चंगा होना, ऑप्शन नंबर डी। चौवीं प्रश्न है, गल पिया ढोल बजाउणा दा हैगा जी, मजबूरी बस काम करना, ऑप्शन नंबर डी। आटा गुन्नी दी हिलदी हिलदी क्यों है जी, अपनी कमजोरी वाल सॉरी एवें कोई बहाना लभ के नुक्स किसी नुक्स कढ़े, ऑप्शन नंबर ए, ऑप्शन नंबर ए है जी। पंजे का चोट पई दमादे दला मुकाबला इस पंक्ति दमाबे दमामे शब्द की है जी, ऑप्शन नंबर सी नगारे। अगे आ जी साइवा का पूछा गया जी, प्रयोग के आधार पर पंजाबी श्रेणी में किहड़े भाग में वंडिया गया जी, ऑप्शन नंबर ए नाम पड़नाम लैके योजक तक, ऑप्शन नंबर ए। अगे जी अठाईवां आया गया सी जी, क्रिया की विशेषता दसण वाले शब्द नूं की आख्या जांदा जी, क्रिया विशेषण। सहकारी अगेतर नाल बनिया कि शब्द सही है जी, सहकारी अते सहगाण उपरोक्त दोवें, ऑप्शन नंबर सी। वट पिछेत्र नाल बनिया कि शब्द सही है जी, ऑप्शन नंबर बी गिरावट। बाल शब्द का स्त्री लिंग की है जी, बालड़ी, ऑप्शन नंबर सी। अगे चिट्टा घोड़ा दौड़ता है तो बहुवचन पूछा गया सी, ऑप्शन नंबर डी है, चिट्टे घोड़े दौड़ते हैं। जोबन जोगन शब्द का पलिंग पूछा गया सी जी, वो जी जोगी, ऑप्शन नंबर बी। अगे चौथी प्रश्न आई, उठना सका फिटे मूँह गोड्या का खान का सही अर्थ समझाओ, पूछा गया सी, ऑप्शन नंबर बी आ जी, जो कोई आप काम ना कर सकता होवे तो दूजे दोषी दूजे ठहरावे। अगे आ जी छत्तियां पैंती प्रश्न आ जी, हेठ लिखा कि विश्राम चिन्ह अल्प विराम किया जाता जी, ऑप्शन नंबर ए कामा। अगे छत्तियां दा किसी के कहे जां लिखे शब्दों ज्यों दा त्यों लिखण लई किहड़े वर्ते विश्राम चिन्ह वरते जांदे जी, पुठे कामे, ऑप्शन नंबर बी। अगे जी खिताबां दे डिग्रियां आदि नूं संखेप विच लिखण लई किहड़ा विश्राम चिन्ह वरते जांदे जी, ऑप्शन नंबर डी बिंदी, ऑप्शन नंबर डी। हे लिखण विच किहड़ा शब्द जोड़ दुरुस्त आ जी, ऑप्शन नंबर डी कचहरी, डी ऑप्शन। अगे जी शब्द जोड़ किहड़ा हुंदा ठीक नहीं हैगा जी, ऑप्शन नंबर ए 39 दा वॉटी, बाकी सही है जी सारे। हे लिखा विच किहड़ा कहिंदे वाक शुद्ध आ जी, वो जी ऑप्शन नंबर सी बच्चे तमाशा वेखदे हन। अगे जी हे लिखा विचों विश्रो पूर्ण विश्राम तो अद्धे विश्राम ठहरा लई किहड़े चिन्ह की वरतों की जाती है जी, ऑप्शन नंबर बी बिंदी कामा। अगे जी इंग्लिश का वर्ड हैगा अपना, तो वह पूछा गया कि वह सही अर्थ किहड़ा हैगा जी, तो वह ऑप्शन नंबर हैगा जी सी सूजी पत्र, ठीक है कॉडल कैटालॉजी। अगे आ जी क्रोनोलॉजी लॉजी जोड़ा है वर्ड हैगा वा वह पूछा गया जी की है जी पंजाबी रूप कालक्रम, बाकी सॉरी बोलने से जो कोई गलती हो जाए वो। अगे जी 44वां जी फाइल का पंजाबी रूप पूछा गया जी मिसल, ऑप्शन नंबर डी। अगे आ जी हेठ लिखा बच्चों अबंडस जो शब्द हैगा जी, तो यदा पूछा गया जी ये बहुतात भरपूर वगैरह भी इन्हों कहते जी, क्योंकि अंग्रेजी के कई वर्ड बोलने दिक्कत आती, सोलह माफ़ी। अगली प्रश्न नंबर 46 जी, हेठ लिखा कि इलाके मुल्तानी उपभाषा नहीं बोली जाती जी, ऑप्शन नंबर हैगा जी सी जहलम। अगे पंजाबी भाषा टकसाली रूप में लिखने लिए कि उपभाषा आधार बनाई गई है जी, ऑप्शन नंबर बी माझी। अगे मलवई उपभाषा हेठ लिखा में कि जिले में बोली जाती है जी, वो आ जी ऑप्शन नंबर ए फरीदकोट, ऑप्शन के अकॉर्डिंग। निंजा जी निंजा का प्रश्न हैगा जी अपना, हेठ लिखा कि जिले में दुआबी उपभाषा नहीं बोली जाती, ऑप्शन नंबर बी मोगा। अगे जी हेठ लिखा में कि शब्द ठीक है जी सेहत, ऑप्शन नंबर बी। ये है जी पंजाबी एडिशनल जो होया नंबर का, तो वह एनालिसिस किया जी, बाकी आप जो मेन पेपर वह भी एनालिसिस जल्दी करा जी, वो वीडियो तुम्हें जल्दी प्रोवाइड करा पूरी से पूरी, तो बाकी तुम एडिशनल पंजाबी का एनालिसिस देख सकते हो जी।